ਐਸਕੇਐਮ ਦੀ ਚੰਡੀਗੜ੍ਹ 'ਚ ਮੀਟਿੰਗ ਹੋਈ ਹੈ ਜਥੇਬੰਦੀ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਸਾਡੇ ਨਾਲ। ਉਗਰਾਹਾਂ ਜੀ, ਮੀਟਿੰਗ ਦੀ ਜ਼ਰੂਰਤ ਕੀ ਸੀਗੀ ਐਸਕੇਐਮ ਦੀ? ਗੱਲ ਤਾਂ ਐਡੀ ਬੜੀ ਘਟਨਾ ਵਾਪਰ ਕੇ ਹਟੀ ਹੈ, ਉਹ ਘਟਨਾ ਤੋਂ ਬਾਅਦ ਤਾਂ ਫਿਰ ਐਕਟ ਹੋ ਕੇ ਅਸੀਂ ਮੀਟਿੰਗ ਕਰਨੀ ਪੈਣੀ ਸੀ, ਤਾਂ ਇਸ ਕਰਕੇ ਅਸੀਂ ਇਹ ਐਮਰਜੈਂਸੀ ਮੀਟਿੰਗ ਸੱਦ ਕੇ ਕੱਲ੍ਹ ਦੀ ਕਾਲ ਦਿੱਤੀ ਹੈ, ਰੋਸ ਪ੍ਰੋਟੈਸਟ ਦੀ। ਕੱਲ੍ਹ ਐਡੀ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰ ਗਈ, ਰੋਟੀ ਨਹੀਂ ਪੱਕੀ, ਇੱਕ ਨੌਜਵਾਨ ਮੁੰਡਾ 22-23 ਸਾਲ ਦਾ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਜ਼ਿੰਮੇਦਾਰ ਕਿਸ ਨੂੰ ਮੰਨਦੇ ਹੋ ਉਸ ਦੀ ਮੌਤ ਪਿੱਛੇ? ਦੇਖੋ, ਪੁਲਿਸ ਦਾ ਦੇਖੋ ਦੋਨੇ ਪਾਸੇ, ਦੋਨੇ ਸਰਕਾਰਾਂ, ਕੇਂਦਰ ਸਰਕਾਰ ਅਤੇ ਜਿਹੜੀ ਸਟੇਟ ਸਰਕਾਰ ਹੈ, ਇਸ ਦਾ ਅਸੀਂ ਤਾਂ ਕੁੱਲ ਮਿਲਾ ਕੇ ਤਾਂ ਇਹ ਸਮਝਦੇ ਹਾਂ ਵੀ ਇਹਦੇ 'ਚ ਜ਼ਿੰਮੇਵਾਰੀ ਦੇ ਘੇਰੇ ਕਿਹੜੇ ਆਉਂਦੇ ਨੇ। ਇੱਕ ਸਵਾਲ ਇਹ ਉੱਠਦਾ ਵੀ ਉਹਦਾ ਜਿਹੜਾ ਮੁੰਡੇ ਦਾ ਜਿਹਦੇ ਗੋਲੀ ਲੱਗੀ ਹੈ, ਕਤਲ ਹੋਇਆ ਜਿਹੜਾ ਉਹਦਾ, ਉਹ ਪੰਜਾਬ ਦੀ ਧਰਤੀ ਤੋਂ ਹੋਇਆ ਅਤੇ ਹਰਿਆਣਾ ਦੀ ਪੁਲਿਸ ਨੇ ਕੀਤਾ? ਕੀ ਇਹ ਵਿਧਾਨਕ ਹੈ? ਕੀ ਇਸ ਕਾਨੂੰਨ ਦੇ ਮੁਤਾਬਕ ਹੈ? ਕੀ ਉਹਨਾਂ ਦਾ ਇੱਥੇ ਅਧਿਕਾਰ ਹੈਗਾ ਇੱਧਰ ਆ ਕੇ ਗੱਡੀਆਂ ਬੱਸਾਂ ਤੋੜਨ ਦਾ? ਇੱਕ ਤਾਂ ਇਹ ਅਸੀਂ ਜਾਂਚ ਦੇ ਘੇਰੇ 'ਚ ਲਿਆਂਦੀ ਹੈ। ਇਹਦੇ ਵਿੱਚ ਇਹ ਘਟਨਾ ਵਾਪਰੀ ਕਿਹਦੇ ਹੁਕਮ ਨਾਲ, ਇਹਨੇ ਕਿਹਨੇ ਹੁਕਮ ਦਿੱਤਾ? ਉਹਦੇ ਦੋਸ਼ੀ ਨੇ ਸਟੇਟ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ। ਅੱਛਾ, ਇਹ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੂੰ ਕਿਹਦੀਆਂ ਹਦਾਇਤਾਂ ਨੇ? ਇਹ ਨੇ ਦੇਸ਼ ਦੇ ਗ੍ਰਹਿ ਮੰਤਰੀ ਦੀਆਂ, ਅਮਿਤ ਸ਼ਾਹ ਦੀਆਂ। ਅਸੀਂ ਇਹਨਾਂ ਨੂੰ ਦੋਸ਼ੀਆਂ ਦੇ ਕਟਹਿਰੇ 'ਚ ਲਿਆ। ਤੁਸੀਂ ਕਹਿ ਰਹੇ 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ 'ਤੇ, ਕਿਉਂ ਨਹੀਂ ਹੋਣਾ ਚਾਹੀਦਾ? ਜਦੋਂ ਆ ਦੱਸੀ ਗਿਆ ਮੈਂ ਤਿੰਨ ਜਣੇ ਕੰਪਨਸੇਸ਼ਨ ਦੀ ਵੀ ਮੰਗ ਕੀਤੀ ਹੈ, ਮੁਆਵਜ਼ਾ ਮਿਲੇ, ਮੁਆਵਜ਼ਾ ਮਿਲੇ। ਕੰਪਨਸੇਸ਼ਨ ਦੀ ਮੰਗ ਕੀਤੀ ਹੈ, ਗੋਲੀ ਨਾਲ ਮਾਰਿਆ ਬੰਦਾ। ਕੰਪਨਸੇਸ਼ਨ ਦਾ ਜਿਹੜੀ ਸਰਕਾਰ ਦੇ ਘੇਰੇ 'ਚ ਪਾਉਂਦੇ, ਉਹ ਆਪੇ ਜਾਂਚ ਕਮੇਟੀ ਰਿਪੋਰਟ ਕਰ ਦੂਗੀ, ਕੰਪਨਸੇਸ਼ਨ ਕਿਉਂ ਦੇਣੀ? ਇੱਕ ਜਿਹੜੇ ਕਿਸਾਨ ਹਲੇ ਵੀ ਡਟੇ ਹੋਏ ਨੇ, ਤੁਹਾਡੇ ਜਥੇਬੰਦੀ ਦੀ ਜਾਂ ਐਸਕੇਐਮ ਦੀ ਮੀਟਿੰਗ 'ਚ ਤੈਅ ਹੋਇਆ ਕਿ ਉੱਥੇ ਜਾਇਆ ਜਾਏ ਜਾਂ ਉਹਨਾਂ ਨੂੰ ਕਿਵੇਂ ਸਪੋਰਟ ਕੀਤੀ ਜਾਏ? ਦੇਖੋ, ਸ਼ਾਇਦ ਸ਼ਾਊਟ ਕਰ ਲਓ ਤੁਸੀਂ, ਅਸੀਂ ਉਹਨਾਂ ਦੀ ਸਪੋਰਟ 'ਤੇ ਆਈ ਗਈ ਹਾਂ ਅਤੇ ਪਹਿਲਾਂ ਤੋਂ ਅਸੀਂ ਸਪੋਰਟ 'ਤੇ ਹਾਂ ਜਿਸ ਦਿਨ ਦੇ ਉਹ ਆਏ ਨੇ। ਅਸੀਂ ਕਿਸੇ ਵੀ ਐਕਸ਼ਨ ਨੂੰ ਜਦੋਂ ਪਲੈਨ ਉਹ ਕਰਦਾ ਕੋਈ ਸਾਥੀ, ਉਹਨੂੰ ਕੋਆਰਡੀਨੇਟ ਕਰਨਾ ਜ਼ਰੂਰੀ ਨਹੀਂ ਹੈ ਕਿ ਉਹਦੇ ਵਿੱਚ ਜਾ ਕੇ ਅਸੀਂ ਜਾ ਕੇ ਉਹਨੂੰ ਸਪੋਰਟ ਕਰਨਾ, ਉਹਨੂੰ ਕੋਆਰਡੀਨੇਟ ਕਰਨਾ, ਪਰ ਉਹਦੇ ਤਰੀਕੇ ਹੈ ਅੱਡ, ਉਹ ਤਰੀਕਿਆਂ ਦੇ ਮੁਤਾਬਕ ਸੰਯੁਕਤ ਮੋਰਚਾ ਵੀ ਸਾਰਾ ਕੋਆਰਡੀਨੇਟ ਕਰ ਰਿਹਾ, ਅਸੀਂ ਨੇ ਵੀ ਕੋਆਰਡੀਨੇਟ। ਕਿਵੇਂ ਕੋਆਰਡੀਨੇਟ ਕਰੋਗੇ? ਕੋਆਰਡੀਨੇਟ ਕਿਵੇਂ ਕਰੀਦਾ ਹੁੰਦਾ? ਕਿਵੇਂ ਮੈਨੂੰ ਕੀ? ਜੇ ਤੁਸੀਂ ਹੁਣ ਬੈਠੇ ਬੈਠੇ ਐਂ ਕਹਿੰਦੇ ਵੀ ਸ਼ਾਬਾਸ਼ ਯਾਰ ਤੁਸੀਂ ਵਧੀਆ ਕੰਮ ਕਰ ਰਹੇ ਹੋ, ਜਾਓ ਹੈ ਨਾ, ਤੁਸੀਂ ਕਮੇਟੀ ਬਣਾਈ ਹੈ? ਅਸੀਂ ਕਮੇਟੀ ਤਾਂ ਬਣਾਈ ਹੋਈ ਹੈ, ਮਤਲਬ ਕਿਸੇ ਨੂੰ ਸਹਿਯੋਗ ਦੇਣਾ, ਉਹਦਾ ਕੋਈ ਵੀ ਰੂਪ ਹੁੰਦਾ। ਹੁਣ ਕੋਆਰਡੀਨੇਟ ਕੀ ਕਰਨਾ? ਤੁਸੀਂ ਰੇਲਾਂ ਰੋਕਣ ਦਾ ਵੀ ਪ੍ਰੋਗਰਾਮ ਕੀਤਾ? ਹਾਂ, ਰੇਲਾਂ ਦਾ ਕੀਤਾ, ਹੁਣ ਟੋਲ ਪਲਾਜ਼ੇ ਫ੍ਰੀ ਕੀਤੇ ਨੇ, ਅਮਰਿੰਦਰ ਦੇ ਘਰ ਦੇ ਮੂਹਰੇ ਧਰਾ, ਸੁਨੀਲ ਜਾਖੜ ਦੇ ਘਰ ਮੂਹਰੇ ਧਰਨਾ ਲੱਗਿਆ ਹੋਇਆ, ਬੀਜੇਪੀ ਦੇ ਆਗੂਆਂ ਦਾ ਘਰਾਓ ਕਰਨਾ, ਇਹ ਕੋਆਰਡੀਨੇਟ ਹੀ ਹੈ। ਹੁਣ ਐਸਕੇਐਮ ਦੀ ਅਗਲੀ ਰਣਨੀਤੀ ਕੀ ਹੈ ਜੀ? ਯਾਰ ਹੁਣ ਸ਼ਾਊਟ ਕਰ ਲੈ ਬਾਈ, ਐਸਕੇਐਮ ਦੀ ਅਗਲੀ ਨੀਤੀ ਦਾ ਸੰਘਰਸ਼। ਜੋਗਿੰਦਰ ਸਿੰਘ ਉਗਰਾਹਾਂ ਗੱਲਬਾਤ ਕਰ ਰਹੇ ਸੀ, ਕਈ ਪ੍ਰੋਗਰਾਮ ਐਸਕੇਐਮ ਵੱਲੋਂ ਉਲੀਕੇ ਗਏ। ਕੈਮਰਾਮੈਨ ਜਤਿੰਦਰ ਸਿੱਧੂ ਨਾਲ ਅਮਨ ਭਾਰਦਵਾਜ, ਨਿਊਜ਼ 18, ਚੰਡੀਗੜ੍ਹ।